ਤਾਂ ਉਹਦਾ ਜਿਹੜਾ ਆਪਣੇ ਵਿੱਚ ਮੂੰਹ ਦੇ ਚ ਟੁਕੜਾ ਸੀ ਜਿਹੜਾ ਮਾਸ ਦਾ ਉਹ ਵੀ ਗਿਰ ਗਿਆ। ਔਰ ਇਦਾਂ ਦੇ ਲੋਭੀਆਂ ਦੇ ਅੱਗੇ ਅਸੀਂ ਵਿਰਾਗ ਦਾ ਵਰਣਨ ਕਰੀਏ, ਵਿਰਾਗ ਕਥਾ ਦਾ ਵਰਣਨ ਕਰੀਏ, ਕ੍ਰੋਧੀ ਬਹੁਤ ਹੋਵੇ ਅਸੀਂ ਅੱਗੇ ਸ਼ਾਂਤੀ ਦੀ ਗੱਲ ਕਰੀਏ, ਸ਼ਾਂਤੀ ਦੀ ਉਹ ਮੰਨਦਾ ਨਹੀਂ, ਜਿੱਦਾਂ ਮਰਜ਼ੀ ਕਹੀ ਜਾਓ। ਔਰ ਕਾਮੀ ਮਨੁਸ਼ਿਆ ਹੋਵੇ ਕੋਈ, ਕਾਮੀ ਦੇ ਅੱਗੇ ਮਹਾਰਾਜ ਦੀ ਕਥਾ ਗੱਲ ਕਰੀਏ, ਅਸੀਂ ਭਗਵਾਨ ਜੀ ਦੀ ਕਥਾ ਕਰੀਏ, ਉਹ ਵੀ ਨਹੀਂ ਸੁਣੇਗਾ, ਉਹਦਾ ਮਨ ਹੋਰ ਪਾਸੇ ਹੋਣਾ ਭਟਕਦਾ। ਮਹਾਰਾਜ ਕਹਿੰਦੇ ਇਹਦਾ ਫਲ ਇਸ ਤਰ੍ਹਾਂ ਦਾ ਹੁੰਦਾ, ਕਿਸ ਤਰ੍ਹਾਂ ਦਾ ਹੁੰਦਾ ਹੈ? ਕ੍ਰੋਧੇ ਸਮ ਕਾਮੇ ਹਰੀ ਕਥਾ, ਊਸਰ ਬੀਜ ਪਏ ਫਲ ਜਸਾ। ਜਿਸ ਤਰ੍ਹਾਂ ਅਸੀਂ ਊਸਰ ਦੇ ਵਿੱਚ ਬੰਜਰ ਜ਼ਮੀਨ ਚ ਕੋਈ ਚੀਜ਼ ਲਾਦੀ ਹੈ, ਬੀਜ ਬੀਜਦੀ ਹੈ, ਬੰਜਰ ਜਾਂ ਬੀਜ ਨੂੰ ਵੀ ਕੋਲ ਤੇ ਜਾਣਾ ਖੜਾ, ਕਈ ਵਿਚਾਰੇ ਗਰੀਬ ਦੇ ਕਰਜ਼ਾ ਲੈ ਲੈ ਕੇ ਬੀਜ ਲੈ ਕੇ ਆਉਂਦੇ, ਉਹ ਜ਼ਮੀਨ ਵੀ ਏਦਾਂ ਦੀ ਹੁੰਦੀ ਕਈ ਵਾਰ ਉੱਗਦਾ ਹੀ ਨਹੀਂ, ਜਿਹੜੇ ਫਸਲ ਪਾਏ ਬੀਜ ਪਾਇਆ ਵੀ ਉਹ ਵੀ ਹੱਥ ਚੋ ਗਿਆ। ਕਹਿੰਦੇ ਇਹ ਐਸੀ ਹੈ, ਕਹਿੰਦੇ ਊਸਰ ਬੀਜ ਪਏ ਫਲ ਜਥਾ, ਕਿਉਂਕਿ ਇਹ ਜਿਹੜਾ ਕਾਰਜ ਹੈ ਸਾਰਾ ਵਿਅਰਥ ਜਾਂਦਾ। ਅਸਤ ਕਹਿ ਰਘੂਪਤੀ ਚਾਪ ਚੜਾਵਾ, ਜੈ ਲਕਸ਼ਮਣ ਕੇ ਮਨ ਭਾਵਾ। ਐਦੀ ਗੱਲ ਕਹਿ ਕੇ ਮਹਾਰਾਜ ਨੇ ਕਿਆ ਕੀਤਾ, ਆਪਣੇ ਧਨੁਸ਼ ਦੇ ਉੱਪਰ ਬਾਣ ਚੜਾ ਲਿਆ। ਬੋਲ ਸਿਆਵਰਿ ਰਾਮ ਚੰਦਰ ਮਹਾਰਾਜ ਜੀ। ਲਕਸ਼ਮਣ ਪਹਿਲਾਂ ਹੀ ਕਹਿੰਦਾ ਸੀ, ਜਦ ਮਹਾਰਾਜ ਕਹਿੰਦੇ ਵੀ ਮੈਂ ਬੇਨਤੀ ਕਰਾਂ ਬਾਹਰ ਸਮੁੰਦਰ ਅੱਗੇ ਜਾ ਕੇ, ਲਕਸ਼ਮਣ ਕਹਿੰਦਾ ਵੀ ਦੇਵਤਿਆਂ ਦਾ ਕਿਆ ਭਰੋਸਾ ਮਹਾਰਾਜ, ਤੁਸੀਂ ਮੇਰੀ ਗੱਲ ਮੰਨੋ, ਹੁਣੇ ਬਾਣ ਚਲਾ ਦੋ। ਮਹਾਰਾਜ ਕਹਿੰਦੇ ਨਹੀਂ, ਜੋ ਨੀਤੀ ਕਹਿੰਦੀ ਹੈ ਕਿ ਪਹਿਲਾਂ ਬੇਨਿਆ ਕਰਨੀ ਚਾਹੀਦੀ, ਜੇ ਫੇਰ ਨਹੀਂ ਗੱਲ ਬਣੀ ਫੇਰ ਲਾ ਦੋ ਕੇ ਬੂਤ, ਫਿਰ ਬਾਤੋਂ ਸੇ ਨਹੀਂ ਮਾਨਦੇ, ਫਿਰ ਦੇਖਾਂਗੇ। ਔਰ ਜਦੋਂ ਮਹਾਰਾਜ ਨੇ ਧਨੁਸ਼ ਦੇ ਉੱਪਰ ਬਾਣ ਚੜਾਇਆ ਤਾਂ ਲਕਸ਼ਮਣ ਬੜਾ ਚੰਗਾ ਲੱਗਿਆ, ਇਹ ਮਹਾਰਾਜ ਮੈਂ ਪਹਿਲੇ ਕਹਿੰਦਾ ਸੀਗਾ ਹੁਣ ਵੀ ਚੜਾਇਆ ਹੀ ਹੈ। ਔਰ ਪ੍ਰਭੂ ਨੇ ਕਿਆ ਕੀਤਾ, ਅਗਦੀ ਬਾਣ ਸਿਖਾਉਣ ਕੀਤਾ ਉੱਪਰ ਲਾਇਆ, ਹਜਾ ਬਾਣ ਉੱਪਰ ਰੱਖਿਆ ਹੀ ਹੈ ਧਨੁਸ਼ ਪਰ ਮਹਾਰਾਜ ਖਿੱਚਿਆ ਨਹੀਂ ਹੈ। ਏਦਾਂ ਹੁੰਦੇ ਸਾਰ ਕਿਆ ਹੋਇਆ, ਸਮੁੰਦਰ ਦੇ ਅੰਦਰ ਅਗਨੀ ਪੈਦਾ ਹੋ ਗਈ, ਔਰ ਅਗਨੀ ਜਾਂ ਜਵਾਲਾ ਉੱਠੀ ਕਿਦਮ ਅਗਨ ਸੀ। ਮਕਰ ਉਰਗ ਸੱਚ ਗਨ ਅਕੁਲਾ ਨੇ, ਨਿਯਰਤ ਜੰਤੂ ਜਲ ਨਿਧੀ ਜਬ ਗਿਆਨੇ। ਜਦੋਂ ਸਮੁੰਦਰ ਦਾ ਪਾਣੀ ਗਰਮ ਹੋਣ ਲੱਗਿਆ ਤਾਂ ਜਿਹੜੇ ਵਿੱਚ ਮਗਰ ਮੱਛ ਦੇ, ਮਛਲੀਆਂ ਦੀਆਂ, ਸੱਪ ਦੇ